ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਪ੍ਰੀਤ ਸਿੰਘ ਪਹਿਲਾ ਪੇਸ਼ ਨੇ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਨਈ ਵਿੱਚ ਅੰਨਾ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਗਮ ਨੂੰ ਸੰਬੋਧਨ ਕੀਤਾ ਕਿਹਾ ਪੂਰੀ ਦੁਨੀਆ ਭਾਰਤ ਦੀ ਨੌਜਵਾਨ ਤਾਕਤ ਨੂੰ ਆਸ ਭਰੀ ਨਜ਼ਰ ਨਾਲ ਦੇਖ ਰਹੀ ਹੈ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਬਸੀ ਪਠਾਣਾ ਵਿਖੇ ਬੀਜੇਪੀ ਵਰਕਰਾਂ ਨੇ ਕਾਂਗਰਸ ਪਾਰਟੀ ਖਿਲਾਫ ਕੀਤਾ ਰੋਸ ਮਜ਼ਾਹਰਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਅਨੁਸਾਰ ਪਿਛਲੇ مالی ਬਰੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਸਿੱਧੀ ਵਿਦੇਸ਼ੀ ਪੂੰਜੀਕਾਰੀ ਹਾਸਲ ਹੋਈ ਏ। ਕੇਂਦਰੀ ਸਹਿਕਾਰੀ ਬੈਂਕ ਰੂਪਨਗਰ ਵਿੱਚ 1 ਕਰੋੜ 24 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਹੇਠ ਵਿਜੀਲੈਂਸ ਨੇ ਦੋ ਬੈਂਕ ਅਧਿਕਾਰੀਆਂ ਨੂੰ ਕੀਤਾ ਗ੍ਰਿਫਤਾਰ। ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਮੁੱਚੀ ਦੁਨੀਆ ਭਾਰਤ ਦੇ ਨੌਜਵਾਨਾਂ ਵੱਲ ਆਸ ਭਰੀ ਨਜ਼ਰ ਨਾਲ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੇ ਵਿਕਾਸ ਨੂੰ ਅੱਗੇ ਲਿਜਾਣ ਵਾਲੇ ਨੇ ਅਤੇ ਭਾਰਤ ਨੂੰ ਦੁਨੀਆ ਦੇ ਵਿਕਾਸ ਦਾ ਵਾਹਕ ਮੰਨਿਆ ਜਾਂਦਾ ਹੈ। ਪ੍ਰਧਾਨ ਮੰਤਰੀ ਅੱਜ ਚਨਈ ਵਿਖੇ ਅੰਨਾ ਯੂਨੀਵਰਸਿਟੀ ਦੇ 42ਵੇਂ ਡਿਗਰੀ ਵੰਡ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਨੌਜਵਾਨਾਂ ਬਾਰੇ Swami Vivekananda ਦੇ ਸ਼ਬਦਾਂ ਦਾ ਜ਼ਿਕਰ ਵੀ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਇੱਕ ਅਲੱਗ ਹੀ ਘਟਨਾ ਸੀ ਜਿਸ ਦਾ ਮੁਕਾਬਲਾ ਭਾਰਤ ਨੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ ਇਸ ਲਈ ਪ੍ਰਧਾਨ ਮੰਤਰੀ ਨੇ ਸਾਇੰਸਦਾਨ ਨਾਲ ਡਾਕਟਰਾਂ ਅਤੇ ਆਮ ਲੋਕਾਂ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਭਾਰਤ ਨੇ ਪਿਛਲੇ ਕੁਝ ਵਰਿਆਂ ਵਿੱਚ ਕਈ ਖੇਤਰਾਂ ਵਿੱਚ ਅਹਿਮ ਉਪਲਬਧੀਆਂ ਹਾਸਲ ਕੀਤੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ ਨੂੰ ਡਿਗਰੀ ਮਿਲਣ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਦਾ ਦਿਨ ਉਹਨਾਂ ਲਈ ਅਹਿਮ ਹੈ ਰਾਸ਼ਟਰਪਤੀ ਦ੍ਰਾਉਪਦੀ ਮੁਰਮੂ ਬਾਰੇ ਕਾਂਗਰਸ ਨੇਤਾ ਅਦੀਰੰਜਨ ਚੌਧਰੀ ਦੀ ਟਿੱਪਣੀ ਨੂੰ ਲੈ ਕੇ ਹੰਗਾਮੇ ਦੇ ਚਲਦਿਆਂ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਅੱਜ ਦਿਨ ਪਰ ਲਈ ਮੁਲਤਵੀ ਕਰ ਦਿੱਤੀ ਗਈ। ਸਵੇਰੇ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਉਪ ਸਭਾਪਤੀ ਨੇ ਮਹਿੰਗਾਈ ਅਤੇ ਅਗਨੀਪਥ ਯੋਜਨਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਕੰਮ ਰੋਕੂ ਨੋਟਿਸ ਨੂੰ ਨਾ ਮੰਨਜ਼ੂਰ ਕਰ ਦਿੱਤਾ। ਇਸ ਦੌਰਾਨ ਸੱਤਾ ਧਿਰ ਦੇ ਮੈਂਬਰ ਅਦੀਰੰਜਨ ਚੌਧਰੀ ਦੀ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਨਾਰੇਬਾਜ਼ੀ ਕਰਨ ਲੱਗੇ ਤਾਂ ਵਿਰੋਧੀ ਧਿਰ ਵੀ ਸਰਕਾਰ ਖਿਲਾਫ ਨਾਰੇਬਾਜ਼ੀ ਕਰਦਿਆਂ ਸਦਨ ਵਿਚਾਲੇ ਆ ਗਿਆ ਉਪ ਸਭਾਪਤੀ ਨੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਜਦੋਂ ਦੁਬਾਰਾ ਕਾਰਵਾਈ ਸ਼ੁਰੂ ਹੋਈ ਤਾਂ ਸੱਤਾਧਿਰ ਦੇ ਮੈਂਬਰਾਂ ਨੇ ਅਦੀ ਰੰਜਨ ਦੀ ਟਿੱਪਣੀ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਮਾਫੀ ਦੀ ਮੰਗ ਕਰਦਿਆਂ ਨਾਹਰੇਬਾਜ਼ੀ ਕੀਤੀ ਸਦਨ ਵਿੱਚ ਹੰਗਾਮਾ ਜਾਰੀ ਰਹਿਣ ਤੇ ਉਪ ਸਭਾਪਤੀ ਨੇ ਕਾਰਵਾਈ ਦਿਨ ਪਰ ਲਈ ਮੁਲਤਵੀ ਕਰ ਦਿੱਤੀ ਦੂਜੇ ਪਾਸੇ ਲੋਕ ਸਭਾ ਵਿੱਚ ਵੀ ਅਜਿਹੀ ਹੀ ਸਥਿਤੀ ਬਣੀ ਰਹੀ ਇਹਨਾਂ ਮੁੱਦਿਆਂ ਨੂੰ ਲੈ ਕੇ ਸਦਨ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਤੇ ਫਿਰ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਇਸ ਦੌਰਾਨ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਬੱਸੀ ਪਠਾਣਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਹਲਕਾ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਦੀ ਅਗਵਾਈ ਹੇਠ ਅੱਜ ਕਾਂਗਰਸ ਪਾਰਟੀ ਖਿਲਾਫ ਰੋਸ ਮੂਜ਼ਾਰਾ ਕੀਤਾ ਇਹਨਾਂ ਵਰਕਰਾਂ ਨੇ ਕਾਂਗਰਸ ਨੇਤਾ ਅਦੀ ਰੰਜਨ ਚੌਧਰੀ ਦਾ ਪੁਤਲਾ ਫੁਕਿਆ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕੀ ਅਦੀਰੰਜਨ ਚੌਧਰੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬਾਰੇ ਇਤਰਾਜ਼ਯੋਗ ਸ਼ਬਦ ਬੋਲ ਕੇ ਨਾ ਸਿਰਫ ਇੱਕ ਮਹਿਲਾ ਦਾ અપਮਾਨ ਕੀਤਾ ਹੈ ਬਲਕਿ ਇੱਕ ਸਨਮਾਨਯੋਗ ਅਹੁਦੇ ਲਈ ਵੀ ਗਲਤ ਟਿੱਪਣੀ ਕੀਤੀ ਹੈ ਉਹਨਾਂ ਕਿਹਾ ਕਿ ਦੇਸ਼ਵਾਸੀ ਅਜਿਹੀ ਬਦਸਲੂਕੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੇ ਅਤੇ ਕਾਂਗਰਸ ਪਾਰਟੀ ਨੂੰ ਅਜਿਹੇ ਬੇਲਗਾਮ ਆਗੂ ਨੂੰ ਤੁਰੰਤ ਪਾਰਟੀ ਤੋਂ ਬਰਖਾਸਤ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਹਰਕਤ ਲਈ ਸਮੁੱਚੇ ਦੇਸ਼ ਤੋਂ ਮਾਫੀ ਮੰਗੇ ਨਹੀਂ ਤਾਂ ਭਾਜਪਾ ਆਗੂ ਆਪਣੇ ਪ੍ਰਦਰਸ਼ਨ ਨੂੰ ਹੋਰ ਤਿੱਖਾ ਕਰਨਗੇ ਮੇਰੀ ਬੇਨਤੀ ਇਹ ਹੈ ਮੈਡਮ ਸੋਨੀਆ ਗਾਂਧੀ ਜੀ ਨੂੰ ਇਹੋ ਜਿਹੇ ਬੰਦੇ ਨੂੰ ਬੇਕਾਰ ਬੰਦੇ ਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ ਇਹ ਜੇ ਬੰਦੇ ਨੂੰ ਪਤਾ ਲੱਗ ਜਾਵੇ ਵੀ ਕਿਸੇ ਸੰਵਿਧਾਨਕ ਪੋਸਟ ਨੂੰ ਕਿਸ ਤਰ੍ਹਾਂ ਭਰਨਾ ਚਾਹੀਦਾ ਹੈ ਅਸੀਂ ਸਾਰੇ ਅੱਜ ਪਾਰਟੀ ਹਾਈ ਕਮਾਂਡ ਦੇ ਹਦਾਇਤਾਂ ਦੇ ਨਿਰਦੇਸ਼ ਦੇ ਅਨੁਸਾਰ ਅੱਜ ਪੁਤਲਾ ਫੋਕ ਰਹੇ ਹਾਂ ਇਹ ਰੰਜਨ ਚੌਧਰੀ ਜੀ ਦਾ ਇਹਨਾਂ ਨੂੰ ਤੁਰੰਤ ਪਾਰਟੀ ਤੋਂ ਪ੍ਰਕਾਸ਼ਿਤ ਕਰਨਾ ਚਾਹੀਦਾ ਹੈ ਇਹੋ ਜਿਹੇ ਬੰਦੇ ਦੀ ਪਾਰਟੀ ਨੂੰ ਕੋਈ ਕਿਸੇ ਪਾਰਟੀ ਨੂੰ ਜਰੂਰ ਨਹੀਂ ਕੇਂਦਰੀ ਵਣਕ ਤੇ ਸੰਤ ਰਾਜ ਮੰਤਰੀ ਸੋਮਪrakash ਨੇ ਕਿਹਾ ਹੈ ਕਿ ਪਿਛਲੇ مالی ਬਰੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ 638000 ਕਰੋੜ ਰੁਪਏ ਤੋਂ ਵੱਧ ਦੀ ਸਿੱਧੀ ਵਿਦੇਸ਼ੀ ਪੂੰਜੀਕਾਰੀ ਹਾਸਲ ਹੋਈਏ ਰਾਜ ਸਭਾ ਵਿੱਚ ਅੱਜ ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਸਿੱਧੀ ਵਿਦੇਸ਼ੀ ਪੂੰਜੀਕਾਰੀ ਨੂੰ ਆਕਰਸ਼ਿਤ ਕਰਨ ਲਈ ਇੱਕ ਉਦਾਰ ਅਤੇ ਪਾਰਦਰਸ਼ੀ ਨੀਤੀ ਅਪਣਾਈਏ ਸੋਮਪrakash ਨੇ ਕਿਹਾ ਕਿ ਵੀ ਨਿਰਮਾਣ ਖੇਤਰ ਵਿੱਚ ਸਿੱਧੀ ਵਿਦੇਸ਼ੀ ਪੂੰਜੀਕਾਰੀ 2020-21 ਦੇ ਮੁਕਾਬਲੇ ਪਿਛਲੇ مالی ਬਰੇ ਵਿੱਚ 76% ਦੇ ਵਾਧੇ ਨਾਲ 158000 ਕਰੋੜ ਰੁਪਏ ਤੋਂ ਵੱਧ ਰਹੀ ਉਜਵਲ ਭਾਰਤ ਉਜਵਲ ਭਵਿੱਖ ਪਾਵਰ ਐਟ ਦਾ ਰੇਟ 2047 ਅਭਿਆਨ ਤਹਿਤ ਭਾਰਤ ਸਰਕਾਰ ਦੇ ਊਰਜਾ ਵਿਭਾਗ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਅੱਜ ਮਾਨਸਾ ਤਰਨਤਾਰਨ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਬਿਜਲੀ ਮਹਾਉਤਸਵ ਸਮਾਗਮ ਕਰਵਾਏ ਗਏ ਇਸ ਰਾਹੀਂ ਲੋਕਾਂ ਨੂੰ ਬਿਜਲੀ ਬਚਤ ਸਮੇਤ ਹੋਰ ਬਿਜਲੀ ਸੰਬੰਧੀ ਜਾਣਕਾਰੀ ਦਿੱਤੀ ਗਈ ਇੱਕ ਰਿਪੋਰਟ उज्जवल भारत उज्जवल भविष्य पावर एट द रेट 2047 अभियान तहत तरनतारन जिले दे पट्टी विखे बिजली महा उत्सव समागम करवाया गया ट्रांसपोर्ट मंत्री लालजीत सिंह पुल्लर ने समागम दी प्रदानगी कीती उना कहया की सरकार ऊर्जा दे रवायती साधन दी थां ते चिर स्थाई साधन दी पाल लई लगातार काम कर रही है ਊਰਜਾ ਦੀ ਬਚਤ ਨੂੰ ਅੱਜ ਦੇ ਸਮੇਂ ਦੀ ਮੁੱਖ ਜ਼ਰੂਰਤ ਦੱਸਦਿਆਂ ਉਹਨਾਂ ਕਿਹਾ ਵਾਤਾਵਰਣ ਪਚਾਉਣ ਦੇ ਕੰਮ ਵਿੱਚ ਸਾਰੇ ਲੋਕਾਂ ਨੂੰ ਵੱਧ ਚੜ੍ਹ ਕੇ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ ਖੇਮ ਕਰਨ ਦੇ ਵਿਧਾਇਕ ਸਰਵਣ ਸਿੰਘ ਤੁਣ ਸਮੇਤ ਹੋਰਨਾਂ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਰੱਖੇ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਰਾਹੀਂ ਸਾਰਿਆਂ ਨੂੰ ਬਿਜਲੀ ਬਚਾਅ ਸੰਬੰਧੀ ਸੁਨੇਹਾ ਦਿੱਤਾ ਇੱਧਰ ਮਾਨਸਾ ਜ਼ਿਲ੍ਹੇ ਦੇ ਪੀਕੀ ਵਿਖੇ ਬਿਜਲੀ ਮਹਾਉਤਸਵ ਸਮਾਗਮ ਕਰਵਾਇਆ ਗਿਆ ਪੁਟਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਇਸ ਮਹਾਉత్సਵ ਦਾ ਮੁੱਖ ਮੰਤਵ ਬਿਜਲੀ ਨੂੰ ਦੇਸ਼ ਵਿੱਚ ਸਰਪਲੱਸ ਕਰਨਾ ਅਤੇ ਬਿਜਲੀ ਦੀ ਜ਼ਰੂਰਤ ਮੁਤਾਬਕ ਸੁਚੱਜੇ ਵਰਤੋਂ ਕਰਨ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਹੈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉਪ ਮੁੱਖ ਇੰਜੀਨੀਅਰ ਜਸ਼ਵਿੰਦਰ ਸਿੰਘ ਨੇ ਪਾਵਰ ਕਾਰਪੋਰੇਸ਼ਨ ਵੱਲੋਂ ਬਿਜਲੀ ਖਪਤਕਾਰਾਂ ਨੂੰ ਸਹੂਲਤਾਂ ਲਈ ਚੁੱਕੇ ਕਦਮਾਂ ਬਾਰੇ ਜਾਣਕਾਰੀ ਦਿੱਤੀ ਬਿਜਲੀ ਜਿਹੜੀ ਇਹਦੀ ਬੜੀ ਸਪੱਸ਼ਟ ਕੇ ਵਰਤੋਂ ਜਿਹੜੀ ਹੈਗੀ ਕੀਤੀ ਜਾਵੇ ਬਹੁਤਿਆਂ ਨਬਰ ਤੋਂ ਕਿਤੇ ਫਾਲਤੂ ਜਿਹੜੀ ਹੈਗੀ ਆ ਬਿਜਲੀ ਦੀ ਵਰਤੋਂ ਜਿਹੜੇ ਕਮਰੇ ਚ ਆਪਾਂ ਨਹੀਂ ਬਹਿੰਦੇ ਜਾਂ ਉਹ ਕਈਆਂ ਥਾਂ ਤੇ AC ਵਗੈਰਾ ਕੋਲੇ ਚੱਟ ਦਿੱਤੇ ਜਾਂਦੇ ਆ ਤੇ ਕਮਰੇ ਚ ਕੋਈ ਵੀ ਨਹੀਂ ਹੁੰਦਾ ਉਦੋਂ ਇਹਨਾਂ ਇਹ ਬੰਦ ਕਰ ਦਿੱਤੇ ਜਾਣ ਤੇ ਇਹੀ ਵਰਤੋਂ ਹੈ ਜਿਹੜੀ ਸਚੇ ਚੇ ਢੰਗ ਨਾਲ ਕੀਤੀ ਜਾਂਦੀ ਸਮਾਗਮ ਦੌਰਾਨ ਬੱਚਿਆਂ ਨੇ ਬਿਜਲੀ ਦੀ ਦੁਰਵਰਤੋਂ ਰੋਕਣ ਲਈ ਸਕੇਟ ਤੇ ਨਾਟਕ ਰਾਹੀਂ ਸ਼ਾਨਦਾਰ ਸੁਨੇਹਾ ਦਿੱਤਾ ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਵਿੱਚ ਵੀ ਬਿਜਲੀ ਮਹਾਉਤਸਵ ਸਮਾਗਮ ਦਾ ਆਯੋਜਨ ਕੀਤਾ ਗਿਆ ਸਨਾਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਉਨ੍ਹਾਂ ਕਿਹਾ ਕਿ ਸੌਰ ਊਰਜਾ ਨਾਲ ਬਿਜਲੀ ਦੀ ਜ਼ਰੂਰਤ ਪੂਰੀ ਹੋਵੇਗੀ ਅਤੇ ਨਾਲ ਹੀ ਕੁਦਰਤੀ ਸਰੋਤਾਂ ਦੀ ਵਰਤੋਂ ਕੀਤੀ ਜਾ ਸਕੇਗੀ ਇਸ ਮੌਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਅਤੇ ਪੰਜਾਬ એનર્ਜੀ ਡਿਵੈਲਪਮੈਂਟ ਏਜੰਸੀ ਦੇ ਅਧਿਕਾਰੀਆਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਨੇ ਵੀ ਬਿਜਲੀ ਦੇ ਸਹੀ ਉਪਯੋਗ ਬਾਰੇ ਆਪਣੇ ਵਿਚਾਰ ਰੱਖੇ ਅਮਿਤ ਮਰਵਾਹਾ ਰਾਜੇਸ਼ ਗੁਪਤਾ ਤੇ ਤਰਸੀਮ ਚਾਨਣਾ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਜਿਲੰਦਰ ਫਾਜ਼ਿਲਕਾ ਵਿਖੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਿਹਤ ਵਿਭਾਗ ਨੇ ਬੂਸਟਰ ਡੋਜ਼ ਲਗਾਉਣ ਸੰਬੰਧੀ ਅੱਜ ਇੱਕ ਮੁਫਤ ਮੈਗਾ ਕੈਂਪ ਦਾ ਆਯੋਜਨ ਕੀਤਾ ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਬੂਸਟਰ ਡੋਜ਼ ਲਗਵਾਈ ਜ਼िले ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੰਪਲੈਕਸ ਵਿੱਚ ਹੀ ਬੂਸਟਰ ਡੋਜ਼ ਲਗਾਉਣ ਦੀ ਸਹੂਲਤ ਦੇਣ ਦੇ ਮੰਤਵ ਨਾਲ ਇਹ ਕੈਂਪ ਲਗਾਇਆ ਗਿਆ ਉਹਨਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਲੋਕ ਜਿਨ੍ਹਾਂ ਕਰੋਨਾ ਵੈਕਸੀਨ ਦੇ ਦੋਵੇਂ ਟੀਕੇ ਲਗਵਾ ਲਏ ਨੇ ਉਹ ਬੂਸਟਰ ਡੋਜ਼ ਲਗਵਾ ਸਕਦੇ ਨੇ ਹਿਮਾਂਸ਼ੂ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਬੂਸਟਰ ਡੋਜ਼ ਜ਼ਰੂਰ ਲਗਵਾਉਣ ਅਤੇ ਆਪਣੇ ਜੀਵਨ ਨੂੰ ਸੁਰੱਖਿਅਤ ਬਣਾਉਣ ਪੰਜਾਬ ਵਿਜੀਲੈਂਸ ਬਿਊਰੋ ਨੇ ਕੇਂਦਰੀ ਸਹਿਕਾਰੀ ਬੈਂਕ ਰੂਪਨਗਰ ਤੋਂ 1 ਕਰੋੜ 24 ਲੱਖ ਰੁਪਏ ਤੋਂ ਵੱਧ ਦੀ ਵਿੱਤੀ ਧੋਖਾਧੜੀ ਦੇ ਦੋਸ਼ੇਠ ਸਹਾਇਕ ਮੈਨੇਜਰ ਵਿਕਰਮਜੀਤ ਸਿੰਘ ਅਤੇ ਸੀਨੀਅਰ ਮੈਨੇਜਰ ਅਸ਼ੋਕ ਸਿੰਘ ਮਾਨ ਨੂੰ ਗ੍ਰਿਫਤਾਰ ਕੀਤਾ ਹੈ ਬਿਊਰੋ ਦੇ ਇੱਕ ਬੁਲਾਰੇ ਨੇ ਚੰਡੀਗੜ੍ਹ ਵਿੱਚ ਦੱਸਿਆ ਕਿ ਇਹ ਧੋਖਾਧੜੀ 2011 ਤੋਂ 2016 ਤੱਕ ਦੇ ਸਮੇਂ ਦੌਰਾਨ ਕੀਤੀ ਗਈ ਦੋਹਾਂ ਦੋਸ਼ੀਆਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਬਿਊਰੋ ਦੇ ਲੁਧਿਆਣਾ ਵਿਖੇ ਥਾਣੇ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮਾਨਨੇ ਅਤੇ ਹੋਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਉੱਗੇ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਸੁਤੰਤਰਤਾ ਸੈਨਾਨੀਆਂ ਅਰੁਣਾ ਆਸਿਫ ਅਲੀ ਅਤੇ ਸਤਿੰਦਰ ਕੁਮਾਰ ਮਿਸ਼ਰਾ ਬਾਰੇ ਜਾਣਕਾਰੀ ਦੇ ਰਹੇ ਹਾਂ ਅੱਜ ਦੀ ਕੜੀ ਚਸੀਂ ਉੱਗੀ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਨੂੰ ਯਾਦ ਕਰ ਰਹੇ ਹਾਂ ਉਹਨਾਂ ਦਾ ਦੇਹਾਂਤ 29 ਜੁਲਾਈ 1891 ਨੂੰ ਹੋਇਆ ਸੀ ਉਹ ਬੰਗਲਾ ਸਾਹਿਬ ਦੇ ਜਨਕ ਮੰਨੇ ਜਾਂਦੇ ਨੇ ਈਸ਼ਵਰ ਚੰਦਰ ਵਿਦਵਾ ਦਾ ਮੁਰ ਤੋਂ ਵਿਆਹ ਕਰਾਉਣ ਦੇ ਪ੍ਰਮੁੱਖ ਸਮਰਥਕ ਸਨ। ਉਨ੍ਹਾਂ ਦੇ ਕਾਰਨ ਹੀ ਵਿਦਵਾ ਮੁਰ ਵਿਆਹ ਐਕਟ 1856 ਹੋਂਦ ਵਿੱਚ ਆਇਆ। ਈਸ਼ਵਰ ਚੰਦਰ ਨੇ ਪੋਰਟ ਵਿਲੀਅਮ ਕਾਲਜ ਅਤੇ ਸੰਸਕ੍ਰਿਤ ਕਾਲਜ ਵਿੱਚ ਪੜ੍ਹਾਇਆ ਅਤੇ 1950 ਵਿੱਚ ਉਸੇ ਹੀ ਕਾਲਜ ਦੇ ਪ੍ਰਿੰਸੀਪਲ ਨਿਯੁਕਤ ਹੋਏ। ਪ੍ਰਿੰਸੀਪਲ ਦੇ ਰੂਪ ਚ ਈਸ਼ਵਰ ਚੰਦਰ ਨੇ ਸੰਸਕ੍ਰਿਤ ਕਾਲਜ ਦੇ ਕੰਮਾਂ ਵਿੱਚ ਮਹੱਤਵਪੂਰਨ ਬਦਲਾ ਕੀਤੇ। ਉਹਨਾਂ ਨੇ ਜਾਤੀ ਦੀਆਂ ਰੁਕਾਵਟਾਂ ਹਟਾਈਆਂ ਅਤੇ ਉੱਥੇ ਸਾਰਿਆਂ ਲਈ ਪੜ੍ਹਾਈ ਦੇ ਦਰਵਾਜ਼ੇ ਖੋਲ੍ਹ ਦਿੱਤੇ। ਸੰਸਕ੍ਰਿਤ ਕਾਲਜ ਦੇ ਆਦਮੀਕਰਨ ਅਤੇ ਕੁੜੀਆਂ ਲਈ ਕਾਲਜਾਂ ਤੋਂ ਇਲਾਵਾ ਸਿੱਖਿਆ 'ਚ ਉਹਨਾਂ ਦਾ ਸਭ ਤੋਂ ਵੱਧ ਮਹੱਤਵਪੂਰਨ ਯੋਗਦਾਨ ਸੀ। ਇਸ ਬਦਲਾਅ ਲਈ ਉਹਨਾਂ ਨੇ ਖੁਦ ਹੀ ਪਾਠ ਪੁਸਤਕਾਂ ਲਿਖੀਆਂ ਸਨ। 1851 'ਚ ਉਹਨਾਂ ਦਾ ਲਿਖਿਆ ਹੋਇਆ ਵਰਨਾ ਪ੍ਰਚੇਅ ਪ੍ਰਕਾਸ਼ਿਤ ਹੋਇਆ। ਵਰਣ ਪਰਿਚੇਤ ਉਹ ਪਹਿਲਾ ਸ਼ੁਰੂਆਤੀ ਸਿਖਿਆਲੀ ਅਜੇ ਕੋਈ ਵੀ ਮਾਡਲ ਰੀਡਰ ਕਿਤਾਬ ਨਹੀਂ ਸੀ ਵਰਣ ਪਰਿਚੇਦੀ ਤਰ੍ਹਾਂ ਉਸ ਵਿਲੇ ਤੱਕ ਬੰਗਲਾ ਪਾਸ਼ਾਵਿਤ ਸੰਸਕ੍ਰਿਤ ਵਿਆਕਰਣ ਨਹੀਂ ਸੀ 1851 ਵਿੱਚ ਹੀ ਉਹਨਾਂ ਨੇ ਆਪਣੀ ਕਿਤਾਬ ਸੰਸਕ੍ਰਿਤ ਵਿਆਕਰਣ ਉਪਕਰਮਣਿਕਾ ਪ੍ਰਕਾਸ਼ਿਤ ਕਰਵਾਈ ਉਹਨਾਂ ਦੀ ਵਿਆਕਰਣ ਕੋਮੂਦੀ ਵੀ ਵਿਆਕਰਣ ਦੀ ਅਹਿਮ ਕਿਤਾਬ ਸੀ ਈਸ਼ਵਰ ਚੰਦਰ ਵਿਦਿਆਸਾਗਰ ਆਧੁਨਿਕ ਭਾਰਤ ਵਿੱਚ ਵੀ ਗਿਆਨ ਦਾ ਸਾਗਰ ਅਤੇ ਪ੍ਰੇਰਣਾ ਦਾ ਸਰੋਤ ਬਣੇ ਰਹੇ ਇਸ ਮਹਾਨ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਨੂੰ ਭਾਵਪਿੰਨੀ ਸ਼ਰਧਾਂਜਲੀ ਅੱਜ ਅਸੀਂ ਸੁਤੰਤਰਤਾ ਸੈਨਾਨੀ ਅਰੁਣਾ ਆਸਿਫ ਅਲੀ ਨੂੰ ਵੀ ਯਾਦ ਕਰ ਰਹੇ ਹਾਂ ਉਹਨਾਂ ਦਾ ਦਿਹਾਂਤ 29 ਜੁਲਾਈ 1996 ਨੂੰ ਹੋਇਆ ਸੀ अरुणा गांगुली ਦਾ ਜਨਮ 16 ਜੁਲਾਈ 1909 ਨੂੰ ਹਰਿਆਣਾ ਦੇ ਕਲਕੱਟਾ ਛੋਇਆ ਸੀ ਜਦੋਂ ਅਰੁਣਾ ਨੇ 1928 ਵਿੱਚ ਸੁਤੰਤਰਤਾ ਸੈਨਾਨੀ ਆਸਫ ਅਲੀ ਨਾਲ ਵਿਆਹ ਦਾ ਫੈਸਲਾ ਕੀਤਾ ਤਾਂ ਉਹਨਾਂ ਨੂੰ ਪਰਿਵਾਰ ਅਤੇ ਸਮਾਜ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੇ ਕਾਂਗਰਸ ਦੇ ਪ੍ਰੋਗਰਾਮਾਂ ਤੇ ਨਮਕ ਸੱਤੈਗ੍ਰਹਿਤ ਸਰਗਰਮੀ ਨਾਲ ਹਿੱਸਾ ਲਿਆ 8 ਅਗਸਤ 1942 ਨੂੰ ਕਾਂਗਰਸ ਦੇ ਮੁੰਬਈ ਇਜਲਾਸ ਵਿੱਚ ਭਾਰਤ ਛੱਡੋ ਮਤਾ ਪਾਸ ਕੀਤਾ ਗਿਆ ਭਾਰਤ ਛੱਡੋ ਅੰਦੋਲਨ ਦਾ ਆਗਾਜ਼ ਹੁੰਦਿਆਂ ਹੀ ਸਰਕਾਰ ਨੇ ਵੱਡੇ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਅਰੁਣਾ ਆਸਫ ਅਲੀ ਨੇ 9 ਅਗਸਤ ਨੂੰ ਬਾਕੀ ਰਹਿੰਦੇ ਇਜਲਾਸ ਦੀ ਪ੍ਰਧਾਨਗੀ ਕੀਤੀ ਅਤੇ ਗੋਵਾਲੀਆ ਟੈਂਕ ਗਰਾਊਂਡ ਵਿੱਚ ਤਿਰੰਗਾ ਲਹਿਰਾਇਆ ਪੁਲਿਸ ਨੇ ਇਜਲਾਸ ਲਈ ਇਕੱਤਰ ਹੋਈ ਭੀੜ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਖਤਰੇ ਦਾ ਬਹਾਦਰੀ ਨਾਲ ਟਕਰਾ ਕਰਨ ਲਈ ਅਰੁਣਾ ਨੂੰ 1942 ਦੇ ਅੰਦੋਲਨ ਦੀ ਨੀਂਹ ਕਾਮਨਿਆ ਗਿਆ ਅਰੁਣਾ ਨੂੰ 1958 ਚ ਦਿੱਲੀ ਦੀ ਪਹਿਲੀ ਮੇਰ ਨਿਯੁਕਤ ਕੀਤਾ ਗਿਆ ਉਹਨਾਂ ਨੂੰ 1997 ਚ ਮਰਨ ਉਪਰੰਤ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਪ੍ਰਦਾਨ ਕੀਤਾ ਗਿਆ ਭਾਰਤ ਦੀ ਇਸ ਮਹਾਨ ਬੇਟੀ ਨੂੰ ਸੋ ਸੋ ਵਾਰ ਨਮਨ ਅਜੇ ਵੀ ਸੁਤੰਤਰਤਾ ਸੈਨਾਨੀ ਸਤਿੰਦਰ ਕੁਮਾਰ ਮਿਸ਼ਰਾ ਨੂੰ ਵੀ ਯਾਦ ਕਰ ਰਹੇ ਹਾਂ ਉਹਨਾਂ ਦਾ ਜਨਮ 29 ਜੁਲਾਈ 1912 ਨੂੰ ਹੋਇਆ ਸੀ ਅੰਗਰੇਜ਼ਾਂ ਵਿਰੁੱਧ ਗਤੀਵਿਧੀਆਂ ਲਈ ਉਹਨਾਂ ਨੂੰ ਕਈ ਵਾਰ ਝਿਲਚਾਣਾ ਪਿਆ 1930 ਵਿੱਚ ਸਤਿੰਦਰ ਮਧ ਪ੍ਰਦੇਸ਼ ਦੇ ਜੱਬਲਪੁਰ ਵਿੱਚ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਿਲ ਹੋ ਗਏ। ਉਹਨਾਂ ਨੇ ਸ਼ਰਾਬ ਵਿਰੋਧੀ ਮੋਹਮ, ਵਣ ਸੱਤਿਆਗ੍ਰਹਿ ਅਤੇ ਨਮਕ ਸੱਤਿਆਗ੍ਰਹਿ ਵਿੱਚ ਹਿੱਸਾ ਲਿਆ ਜਿਸ ਲਈ ਉਹਨਾਂ ਨੂੰ ਜੱਬਲਪੁਰ ਵਿੱਚ ਕੈਦ ਦੀ ਸਜ਼ਾ ਸੁਣਾਈ ਗਈ। ਜੇਲ੍ਹ ਵਿੱਚ ਉਹਨਾਂ ਨੇ ਝੰਡਾ ਸੱਤਿਆਗ੍ਰਹਿ ਵਿੱਚ ਹਿੱਸਾ ਲਿਆ। ਜੇਲ੍ਹ ਵਿੱਚ ਝੰਡੇ ਨੂੰ ਰੰਗਣ ਲਈ ਉਹਨਾਂ ਨੇ ਆਪਣੇ ਹੱਥ ਦੀ ਨਾੜੀ ਕੱਟ ਲਈ ਅਤੇ ਆਪਣੇ ਖੂਨ ਨਾਲ ਭਾਰਤ ਦੇ ਤਿਰੰਗੇ ਵਿੱਚ ਰੰਗ ਭਰ ਦਿੱਤਾ। 1942 ਵਿੱਚ ਭਾਰਤ ਛੱਡੋ ਅੰਦੋਲਨ ਦੌਰਾਨ ਉਹਨਾਂ ਨੂੰ ਬ੍ਰਿਟਿਸ਼ ਸਾਮਰਾਜਵਾਦ ਵਿਰੁੱਧ ਜੱਪਲਪੁਰ ਵਿੱਚ ਨੌਜਵਾਨਾਂ ਦੀ ਅਗਵਾਈ ਕੀਤੀ। ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 18 ਮਹੀਨਿਆਂ ਤੱਕ ਵਕਫ-ਵਕ ਜੇਲ੍ਹਾਂ ਵਿੱਚ ਰੱਖਿਆ ਗਿਆ। ਸਤੇਂਦਰ ਜ਼ਿੰਦਗੀ ਭਰ ਲੋਕਾਂ ਦੀ ਸੇਵਾ ਕਰਦੇ ਰਹੇ ਅਤੇ 4 ਅਪ੍ਰੈਲ 1999 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਮਹਾਨ ਰਾਸ਼ਟਰਵਾਦੀ ਨੂੰ ਸਾਡਾ ਨਮਨ। ਜਲੰਧਰ ਪਠਾਨਕੋਟ ਹਾਈਵੇ ਤੇ ਟਾਂਡਾ ਤੋਂ ਦਸੂਹਾ ਜਾ ਰਹੀ ਇੱਕ ਪ੍ਰਾਈਵੇਟ ਸਕੂਲ ਦੀ ਬੱਚਿਆਂ ਨਾਲ ਭਰੀ ਬੱਸ ਨੂੰ ਤੇਜ਼ ਰਫ਼ਤਾਰ ਬੇਕਾਬੂ ਟਰੱਕ ਨੇ ਪਿੱਛੋਂ ਟੱਕਰ ਮਾਰੀ ਇਸ ਟੱਕਰ ਨਾਲ ਸਕੂਲ ਬੱਸ ਪਲਟ ਗਈ ਅਤੇ ਤਕਰੀਬਨ 40 ਬੱਚਿਆਂ ਵਿੱਚੋਂ 14 ਬੱਚੇ ਜ਼ਖਮੀ ਹੋ ਗਏ ਗੰਭੀਰ ਜ਼ਖਮੀ ਇੱਕ ਬੱਚੇ ਨੂੰ ਜਲੰਧਰ ਰੈਫਰ ਕੀਤਾ ਗਿਆ ਜਿਸ ਦੀ ਰਸਤੇ ਵਿੱਚ ਮੌਤ ਹੋ ਗਈ ਇਸ ਦੀ ਪਛਾਣ ਹਰਮਨ ਸਿੰਘ ਸੈਣੀ ਵਜੋਂ ਕੀਤੀ ਗਈ ਹੈ ਜ਼ਖਮੀ ਬੱਚਿਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਘਟਨਾ ਮਗਰੋਂ ਟਰੱਕ ਡਰਾਈਵਰ ਫਰਾਰ ਹੋ ਗਿਆ ਤਰਨਤਾਰਨ ਦੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਪਾਲ ਸਿੰਘ ਪੰਨੂ ਨੇ ਖਾਦਾਂ ਕੀੜੇਮਾਰ ਦਵਾਈਆਂ ਤੇ ਬੀਜਾਂ ਦੇ ਹੋਲਸੇਲ ਦੁਕਾਨਦਾਰਾਂ ਨਾਲ ਅੱਜ ਇੱਕ ਮੀਟਿੰਗ ਕੀਤੀ। ਉਹਨਾਂ ਕਿਸਾਨਾਂ ਨੂੰ ਮਿਆਰੀ ਖੇਤੀ ਇਨਪੁਟਸ ਮੁਹੱਈਆ ਕਰਾਉਣ ਅਤੇ ਕਿਸੇ ਵੀ ਕਿਸਾਨ ਨੂੰ ਖਾਦਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਕੀੜੇਮਾਰ ਦਵਾਈ ਨਾ ਦੇਣ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਬਿਨਾਂ ਬਿੱਲ ਤੋਂ ਕੋਈ ਸਮਾਨ ਨਾ ਵੇਚਿਆ ਜਾਵੇ ਅਤੇ ਬਾਸਮਤੀ ਦੀ ਮਿਆਰੀ ਉਪਜ ਲਈ ਕਿਸਾਨਾਂ ਨੂੰ ਗੈਰ ਸਿਫਾਰਸ਼ੀ ਦਵਾਈਆਂ ਵੀ ਨਾ ਦਿੱਤੀਆਂ ਜਾਣ। ਡਾਕਟਰ ਪੰਨੂ ਨੇ ਦੱਸਿਆ ਕਿ ਸਰਕਾਰ ਵੱਲੋਂ ਬੈਨ ਕੀਟ ਨਾਸ਼ਕਾ ਸੰਬੰਧੀ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਨੇ ਤਾਂ ਜੋ ਇਨਾਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ ਉਹਨਾਂ ਕਿਹਾ ਕਿ ਨੌ ਫਸਲ ਨਰੀਖਣ ਟੀਮਾਂ ਵੀ ਫਸਲਾਂ ਦਾ ਸਰਵੇਖਣ ਕਰਕੇ ਲਗਾਤਾਰ ਰਿਪੋਰਟ ਕਰ ਰਹੀਆਂ ਨੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਆਗਿਆ ਦਿਓ ਨਮਸਕਾਰ